अस्सलाम वालेकुम प्यारे दोस्तों, आज हम आपको दिखाने लगे हैं बहुत से प्यारे प्यारे जानवर अल फरीद पोल्ट्री फार्म एंड वाइल्ड लाइफ पर, जो कि पाकपतन के करीब है। ये जनाब फार्म बनाया मोरां दा। हाँ जी, इतने और भी किस्म जानवर रखे हैं, लेकिन ज़्यादा मोर ने ये वाइट वरायटी मोर की। हाँ जी, तो ब्लैक शोल्डर भी है ने। और केड़े केड़े जानवर रखे ने? ब्लैक शोल्डर है ने, नीला है। हाँ जी, जावा है। ਇੱਧਰ ਨਹੀਂ ਉਹ ਵਰਾਇਟੀਆਂ ਸਾਰੀਆਂ? ਇਹ ਤਾਂ ਮੋਰ ਦੀ ਕਾਫੀ ਵਰਾਇਟੀ, ਇਹ ਬਹੁਤ ਨਾ ਸਰ ਮਹਿੰਗੀ ਵਰਾਇਟੀ ਹੈਗੀ। ਅੱਛਾ ਜੀ, ਇਹ ਜਿਹੜੀ ਤੁਸੀਂ ਵੇਖ ਰਹੇ ਨਾ ਹੁਣ? ਹਾਂਜੀ, ਅਤੇ ਬਹੁਤ ਮਹਿੰਗਾ ਮੋਰ ਹੈ, ਬਲੈਕ ਸ਼ੋਲਡਰ। ਸਾਰੇ ਚੈੱਕ ਕਰਾਓ ਜੀ। ਹਾਂਜੀ, ਇਹ ਜੀ ਕੰਦ ਬੱਚੇ ਕਦੋਂ ਦਿੰਦੇ ਅੰਡੇ ਵਗੈਰਾ? ਗਰਮੀ ਮੌਸਮ ਦੇ ਜ਼ਿਆਦਾ ਇੱਧਰ ਇਸ ਸਾਈਡ 'ਤੇ ਲਿਓ ਜੀ। ਬਲੈਕ ਸ਼ੋਲਡਰ ਇਹ ਬਲੈਕ ਸ਼ੋਲਡਰ ਇਹ ਸਰ ਬਲੈਕ ਸ਼ੋਲਡਰ ਕਿਸਮ ਹੈ ਮੋਰ ਦੀ। ਅਤੇ ਇੱਧਰੋਂ ਤੁਸੀਂ ਉਹ ਜਾਵਾ ਵਿਖਾਓ, ਉਹ ਬੜਾ ਖੂਬਸੂਰਤ ਮੋਰ ਹੁੰਦਾ। ਅੱਛਾ ਜੀ, ਹਾਂ ਸਰ ਬਲੈਕ ਸ਼ੋਲਡਰ ਕਿਸਮ ਹੈ ਮੋਰ ਦੀ, ਅਤੇ ਇਹ ਬਹੁਤ ਹੀ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ। ਅੱਛਾ, ਇਹ ਜੋੜਾ ਹੈ ਜੀ? ਹਾਂ ਜੋੜਾ, ਉਹ ਮਾਦਾ ਨਰ ਹੈਗਾ। ਇਹ ਮਾਦਾ ਬਿਲਕੁਲ ਇਸ ਤਰ੍ਹਾਂ ਲੰਡੀ ਬੁੱਚੀ ਹੁੰਦੀ? ਹਾਂਜੀ, ਨਰ ਜਿਹੜਾ ਨਾ ਇਹ ਪੈਲ ਪਾ ਦਿੰਦਾ, ਪੁੰਜਾ ਬੜਾ ਵੱਡਾ। ਇਹਦੇ ਨਾਲ ਦੋ ਮਾਦਾ ਲਾਈਆਂ ਹੋਈਆਂ ਨੇ, ਬਸ ਫਿਰ ਬੱਚੇ ਲੈਣੇ ਨਾ ਜੀ। ਅੱਛਾ ਜੀ, ਹਾਂ ਚਾਰ ਦੀ ਇਜਾਜ਼ਤ ਹੈ ਇਹਨੂੰ। ਹਾਂਜੀ, ਅਤੇ ਇਹਦੇ ਨਾਲ ਦੋ ਹੋਰ ਛੱਡੋ ਫਿਰ। ਉਹ ਤਾਂ ਲਿਆਓ, ਹਾਂ ਇਹ ਮਾਸ਼ਾਅੱਲਾ। ਇਹ ਇਸ ਤਰ੍ਹਾਂ ਹੀ ਸਾਰੇ ਜੀ? ਹਾਂ ਨਹੀਂ ਜੀ, ਇਸ ਤਰ੍ਹਾਂ ਹੀ ਬਹੁਤ ਤਾਦਾਦ ਦੇ ਵਿੱਚ ਰੱਖੇ ਹੋਏ ਨਾ, ਅਤੇ ਸੇਲ ਕਰੀ ਦੇ ਨੇ ਇੱਥੇ, ਇਹਨਾਂ ਦੇ ਬੱਚੇ ਵੀ ਸੇਲ ਕਰਨੇ ਆ ਸੀ। ਅਤੇ ਇੱਥੇ ਨਾ ਉਵੇਂ ਵਿੱਚ ਸਹੀ ਆਉਂਦਾ ਨਹੀਂ, ਮੈਂ ਉੱਧਰ ਵਾਲਾ ਵੀ ਕੀਤੀ ਜਰਾ ਸੀ। ਹਾਂਜੀ, ਇਹ ਵੀ ਨਰਮਾਦਾ ਨੇ? ਹਾਂਜੀ। ਅੱਛਾ ਜੀ, ਸਹੀ ਹੈ। ਹਾਂਜੀ, ਇਹ ਬਲੈਕ ਸ਼ੋਲਡਰ ਜ਼ਿਆਦਾ ਰੱਖੇ ਨੇ, ਜ਼ਿਆਦਾ ਖੂਬਸੂਰਤ ਹੁੰਦੇ ਨੇ। ਇਹ ਬਾਈ ਬੰਦ ਕਰਨਾ, ਇਹ ਕਾਸਟਲੀ ਹੋਣਾ ਥੋੜ੍ਹੇ ਸਸਤੇ। ਅੱਛਾ, ਅਤੇ ਫਿਰ ਇਸ ਲਈ ਨਾ ਇਹ ਗਾਹ ਕਹਿੰਦਾ ਜ਼ਿਆਦਾ ਹੁੰਦਾ, ਨਹੀਂ ਤਾਂ ਖੂਬਸੂਰਤ ਜ਼ਿਆਦਾ ਹੁੰਦੇ, ਨਹੀਂ ਚੱਲ ਰਿਹਾ। ਖੂਬਸੂਰਤ ਜ਼ਿਆਦਾ ਹੁੰਦੇ ਨੇ, ਅਤੇ ਇਹਦਾ ਗਾਹਕ ਵੀ ਬਹੁਤ ਜ਼ਿਆਦਾ ਹੁੰਦਾ। ਠੀਕ, ਹਾਂਜੀ ਚਾਲੀ ਸਾਹਿਬ, ਇੱਧਰ ਕੀ ਰੱਖਿਆ ਜੀ? ਸਾਰਾ ਵਾਈਟ ਫੀਜ਼ੈਂਟ, ਜਿਹਨੂੰ ਸੁਰਖਾਬ ਵੀ ਤੁਸੀਂ ਆ ਸਕਦੇ ਜੀ। ਹਾਂਜੀ, ਤੁਸੀਂ ਨਾ ਅੱਗੇ ਥੋੜ੍ਹਾ ਸਾਈਡ 'ਤੇ ਹੋ ਜਾਓ, ਵੈਸੇ ਬੋਲੀਓ ਤੁਸੀਂ। ਹਾਂਜੀ, ਮਾਸ਼ਾਅੱਲਾ ਜੀ, ਇਹ ਵਾਈਟ ਫੀਜ਼ੈਂਟ ਹੈ। ਹਾਂਜੀ, ਲੜਾਈ ਵਾਸਤੇ ਨੇ, ਤੁਸੀਂ ਫਿਰ ਬੱਚਿਆਂ ਵਾਸਤੇ ਰੱਖੇ ਹੋਏ ਨੇ? ਠੀਕ ਹੈ ਜੀ। ਅੱਛਾ, ਇੱਕ ਮੈਨੂੰ ਨਾ ਤੁਹਾਡੀ ਬਹੁਤ ਗੱਲ ਅੱਛੀ ਲੱਗੀ ਹੈ ਮਾਸ਼ਾਅੱਲਾ, ਤੁਸੀਂ ਨਾ ਇਹ ਸਾਰੇ ਕਪਲ ਹੀ ਰੱਖੇ ਹੋਏ ਨੇ, ਜੋੜਾ ਜੋੜਾ ਰੱਖਿਆ ਹੋਇਆ ਬੱਚੇ ਲਈ ਦੇਣਾ ਜੀ। ਇਹ ਮੁਰਗੀਆਂ ਦੀ ਬਹੁਤ ਅੱਛੀ ਕਿਸਮ ਹੈ ਮੇਰਾ ਖਿਆਲ ਹੈ। ਇਹ ਵੀ ਮੁਰਗੀ ਹੈ ਜਿਹੜੀ ਹੁੰਦੀ? ਸੈਂਟ ਨਹੀਂ, ਇਹ ਫੀਜ਼ਨ ਨੇ ਵੀ ਗੋਲਡਨ ਫੀਜ਼ਨ ਦੇ। ਅੱਛਾ, ਹਾਂਜੀ, ਇਹ ਸਰਕਾਰ ਦੇ ਵੀ ਕਿਸਮ ਹੈ। ਸਹੀ ਹੈ। ਹਾਂਜੀ, ਇਸ ਤੋਂ ਇਲਾਵਾ ਹੋਰ ਕਿਹੜੇ ਜਾਨਵਰ ਰੱਖੇ ਨੇ ਸਾਹਿਬ? ਹਾਂਜੀ, ਇਹ ਮੁਰਗੇ ਬੜੇ ਖੂਬਸੂਰਤ ਨੇ, ਜਿਵੇਂ ਬਲੋਚਾਂ ਨੇ ਵੱਡੇ ਵੱਡੇ ਸਲਵਾਰਾਂ ਸਵਾਈਆਂ ਹੁੰਦੀਆਂ ਨੇ ਨਾ, ਉਸ ਟਾਈਪ ਦੇ ਇਹਨਾਂ ਦੇ ਵਾਲ ਨੇ ਲੱਤਾਂ। ਸਰ ਇੰਡੀਅਨ ਇੱਕ ਕਿਸਮ ਹੈ। ਹਾਂਜੀ, ਅਤੇ ਅਸੀਂ ਪਾਲੀ ਹੋਈ ਹੈ। ਅੱਛਾ ਜੀ, ਇਹ ਬਹੁਤ ਮਹਿੰਗਾ ਮੇਰਾ ਖਿਆਲ, ਮਹਿੰਗਾ ਹੋਏਗਾ। ਹਾਂਜੀ ਹਾਂਜੀ, ਕਾਫੀ ਮਹਿੰਗਾ। ਅਤੇ ਹਾਂਜੀ ਚਲੋ ਸਾਹਿਬ, ਇਹ ਕਿਹੜਾ ਮੋਰ ਹੈ ਜੀ? ਇਹ ਭਾਈ ਅਸਗਰ ਕੈਮੀਓ ਕਿਸਮ ਦਾ ਮੋਰ ਹੈ। ਹਾਂਜੀ, ਇਹ ਵੀ ਬੜਾ ਨਜਾਬ ਕਿਸਮ ਹੈ। ਠੀਕ ਹੈ। ਹਾਂਜੀ ਹਾਂਜੀ, ਬਹੁਤ ਖੂਬਸੂਰਤ। ਅੱਗੇ ਵਾਈਟ ਨੇ ਉਹ? ਨਹੀਂ ਨਹੀਂ, ਕਿਸਮ ਹੈ ਜਨਾਬ ਭਾਈ ਅਸਗਰ ਸਾਹਿਬ। ਇਸ ਟਾਈਮ ਜੀ ਮੈਂ ਮੌਜੂਦ ਹੈਗਾ ਜੀ ਅਲ ਫਰੀਦ ਵਾਇਲਡ ਲਾਈਫ ਫਾਰਮ, ਪਾਕਪਤਨ ਦੇ ਨਜ਼ਦੀਕ ਹੀ ਹੈ ਜੀ। ਕਿਸੇ ਬੰਦੇ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਉਹ ਇੱਥੋਂ ਆ ਕੇ ਖਰੀਦ ਸਕਦਾ, ਕੋਈ ਜਾਨਵਰਾਂ ਦਾ ਸ਼ੌਕੀਨ ਬੰਦਾ ਹੋਵੇ। ਸਿਲਵਰ ਫੀਜ਼ੈਂਟ ਹੈ। ਹਾਂਜੀ, ਇਹ ਮਾਸ਼ਾਅੱਲਾ ਖੂਬਸੂਰਤ, ਇਹਨੂੰ ਕਹਿੰਦੇ ਨੇ ਇੱਕ ਮਿੰਟ। ਹਾਂਜੀ,
ਭਾਈ ਅਲੀ ਸ਼ਾਹ ਨੇ ਇਹ ਮਾਸ਼ਾਅੱਲਾ ਇਹਨਾਂ ਸਾਰੇ ਜਾਨਵਰਾਂ ਦੀ ਦੇਖਭਾਲ ਕਰਦੇ ਮਾਸ਼ਾਅੱਲਾ ਜੀ ਤੇ ਬਹੁਤ ਹੀ ਇਹਨਾਂ ਨੂੰ ਸ਼ੌਕ ਵੀ ਹੈ ਤੇ ਲਗਨ ਨਾਲ ਕੰਮ ਕਰਦੇ ਨੇ ਔਰ ਜਾਨਵਰਾਂ ਨਾਲ ਮੁਹੱਬਤ ਰੱਖਦੇ ਸਹੀ ਹੈ ਜੀ ਇਹ ਮਸ਼ੀਨਾਂ ਬਣੀਆਂ ਨੇ ਚੂਲੇ ਨਿਕਾਲਣ ਵਾਲੀਆਂ ਅਗਰ ਤੁਸੀਂ ਵਿਖਾ ਸਕੋ ਹਾਂਜੀ ਇਹ ਜਿਹੜੀ ਐਚਰੀ ਹੁੰਦੀ ਹੈ ਇਹ ਮਾਈਨਰ ਐਚਰੀ ਛੋਟੀ ਐਚਰੀ ਹੈ ਹਾਂਜੀ ਠੀਕ ਹੈ ਇਹਦੇ ਵਿੱਚ ਚੂਲਾ ਦੇ ਰਹਿਣਾ ਅਸੀਂ ਕੱਢ ਇਹ ਹੁਣ ਤੁਸੀਂ ਅੰਡਾ ਇਹਦੇ ਵਿੱਚ ਅੰਡੇ ਰੱਖਦੇ ਜਾਂਦੇ ਤੇ ਫਿਰ ਉਸ ਹਿਸਾਬ ਨਾਲ ਬੱਚੇ ਨਿਕਲਦੇ ਹਨ ਅੱਗੇ ਅੰਡੇ ਹੋਰ ਰੱਖਦੇ ਜਾਂਦੇ ਚਲੋ ਚਲੋ ਠੀਕ ਹੈ ਜੀ ਚਾਈ ਸਰ ਭਾਈ ਜਾਨ ਇਹ ਜਿਹੜੇ ਇਹ ਦਰਖਤ ਲੱਗੇ ਹੋਏ ਨੇ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਕਰਿਆ ਜਾ ਇਹ ਅੰਜੀਰ ਦਾ ਪੌਦਾ ਗਾਈਡ ਕਰਿਆ ਜੀ ਸਰ ਹਾਂਜੀ ਅੰਜੀਰ ਤਾਂ ਅੱਛੀ ਨਜਾਬ ਚੀਜ਼ ਨਹੀਂ ਅੰਜੀਰ ਅੱਲਾਹ ਪਾਕ ਨੇ ਜਿੰਦਾ ਕੁਰਾਨ 'ਚ ਜ਼ਿਕਰ ਕੀਤਾ ਇਹਦੇ ਬੜੇ ਸ਼ਿਫਾਵਾਂ ਨੇ ਫਲ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਸ਼ਤੂਤ ਹੈਗਾ ਹਾਂਜੀ ਇਹਨੂੰ ਸ਼ਤੂਤ ਲੱਗੇ ਨੇ ਜੀ ਅੰਜੀਰਾਂ ਵੀ ਲੱਗੀਆਂ ਇਹ ਜੀ ਸ਼ਤੂਤ ਵੇਖ ਲਓ ਜੀ ਇਹ ਜਿੰਦਾ ਸ਼ਰਬਤ ਤੁਸੀਂ ਪੀਂਦੇ ਨਾ ਤੂਤ ਸਿਆਹ ਉਹ ਇਹਦਾ ਸ਼ਰਬਤ ਬਣਦਾ ਜੀ ਲਓ ਜੀ ਇਹ ਅਸੀਂ ਇਸ ਟਾਈਮ ਮੌਜੂਦ ਹੈਗੇ ਹਾਂ ਜੀ ਅਲਫਰੀਦ ਵਾਈਲਡ ਲਾਈਫ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰ ਦਿਓ ਬੜੀ ਮਿਹਰਬਾਨੀ ਸ਼ੁਕਰੀਆ।